ਆ ਦੇਖੋ ਜੀ, ਲਵ ਵਰਡਸ ਐਵੇਂ ਨਹੀਂ ਇਹਨਾਂ ਨੂੰ ਕਹਿੰਦੇ, ਲਵ ਵਰਡਸ ਹੈ, ਚੈੱਕ ਕਰ ਰਹੇ ਹੋ? ਓਏ ਸ਼ਰਮ ਕਰੋ, ਇਹ ਮੈਂ ਦੇਖਣ ਡਿਆ। ਮੀਆਂ ਮਿੱਟੂ, ਮੀਆਂ ਮਿੱਟੂ, ਮੀਆਂ ਮਿੱਟੂ, ਮੀਆਂ ਮਿੱਟੂ, ਮੀਆਂ ਮਿੱਟੂ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸਭ ਤੋਂ ਪਹਿਲੇ ਤਾਂ ਅੱਜ ਜੁਮਾ ਵਾ, ਤੁਹਾਨੂੰ ਸਾਰਿਆਂ ਨੂੰ ਜੁਮਾ ਮੁਬਾਰਕ। ਜੁਮਾ ਪੜ੍ਹ ਕੇ ਸਾਰੇ ਆਪਣੇ ਲਈ ਵੀ ਦੁਆ ਕਰਿਓ, ਮੇਰੇ ਲਈ ਵੀ ਕਰਿਓ, ਨਾਲੇ ਫਲਸਤੀਨ ਦੇ ਮੁਸਲਮਾਨਾਂ ਲਈ ਲਾਜ਼ਮੀ ਦੁਆ ਕਰਿਓ। ਹਰ ਜੁਮੇ ਤੁਹਾਨੂੰ ਮੈਂ ਯਾਦ ਕਰਾਉਂਦਾ ਵਾ, ਅੱਗੇ ਪਿੱਛੇ ਤਾਂ ਮੈਨੂੰ ਵੀ ਚੇਤਾ ਭੁੱਲਿਆ ਹੁੰਦਾ ਯਾਰ। ਤੁਸੀਂ ਹੋਰ ਕੁਛ ਕਰ ਨਹੀਂ ਸਕਦੇ, ਕਮ ਅਜ਼ ਕਮ ਮੁਸਲਮਾਨਾਂ ਲਈ, ਜਿੰਨੇ ਵੀ ਆਲ ਓਵਰ ਦੀ ਵਰਲਡ ਮੁਸਲਮਾਨ, ਇਹਨਾਂ ਨੂੰ ਸਾਰਿਆਂ ਲਈ ਦੁਆ ਲਾਜ਼ਮੀ ਕਰਿਆ ਕਰੋ, ਖਾਸ ਤੌਰ 'ਤੇ ਫਲਸਤੀਨ ਦੇ ਮੁਸਲਮਾਨਾਂ ਲਈ ਅਤੇ ਕਸ਼ਮੀਰ ਦੇ ਮੁਸਲਮਾਨਾਂ ਲਈ। ਬਾਕੀ ਦੂਸਰਾ ਤੁਹਾਨੂੰ ਪਤਾ ਜੀ, ਕੱਲ੍ਹ ਲੈ ਕੇ ਆਏ ਹਾਂ ਤੋਤਾ ਅਤੇ ਚਿੜੀਆਂ ਲੈ ਕੇ ਆਇਆ ਮੈਂ, ਅਤੇ ਉਹ ਹੁਣ ਤੋਤੇ ਵਾਸਤੇ ਮੈਂ ਥੱਲੇ ਉਹ ਪਾਇਆ ਸੀਗਾ ਆ ਪੇਪਰ ਜਿਹਾ, ਮੈਂ ਕਿਹਾ ਚਲੋ ਫਿਲਹਾਲ ਇੱਕ ਦੋ ਦਿਨ ਗੁਜ਼ਾਰਾ ਕਰਾਉਂਦਾ ਵਾਂ। ਉਹ ਚੋਰ ਹੀ ਨੇ ਐਂ ਟੁੱਕ 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 ਥੱਲੇ ਸਾਰਾ ਇਕੱਠਾ ਕਰ ਛੱਡਿਆ, ਪਾਣੀ ਉਹ ਰੋੜ ਜਾਂਦਾ ਵਾ, ਖਾਂਦਾ ਪੀਂਦਾ ਨਹੀਂ ਪਿਆ ਕੁਛ ਸਹੀ ਤਰ੍ਹਾਂ, ਹਜੇ ਸਹਿਮਿਆ ਸਹਿਮਿਆ ਵਾਂ। ਬਾਕੀ ਚਿੜੀਆਂ ਜਦੋਂ ਦਾ ਲੈ ਕੇ ਆਇਆ ਵਾਂ, ਆਹ ਜਿਹੜੀ ਇੱਕ ਅੰਦਰ ਵਾਲੀ ਚਿੜੀ ਨਾ, ਇਹ ਬਾਹਰ ਆਉਂਦੀ ਨੀਗੀ, ਇਹਨੂੰ ਪਤਾ ਨਹੀਂ ਕੀ ਗੱਲ ਆ। ਸੁਬਹਾ ਜਦੋਂ ਮੇਰੀ ਅੱਖ ਖੁੱਲ੍ਹੀ ਨਾ ਤਕਰੀਬਨ 7 ਵਜੇ, ਉਦੋਂ ਇਹ ਬਾਹਰ ਫਿਰਨ ਦਈ ਸੀਗੀ, ਉਸ ਤੋਂ ਬਾਅਦ ਇਹ ਫਿਰ ਅੰਦਰ ਚਲ ਗਈ। ਹੁਣ ਮੇਰਾ ਦਿਲ ਲਾ ਕੇ ਮੈਂ ਨਾ ਬਾਜ਼ਾਰ ਜਾਵਾਂ ਅਤੇ ਜਾ ਕੇ ਨਾ, ਅਤੇ ਆਹ ਜਿਹੜਾ ਆੜਾ ਪਿਆ ਨਾ ਖੁੱਡਾ ਜਿਹਾ ਵਿੱਚ, ਇਹਨੂੰ ਆ ਮਟਕਾ ਜਿਹਾ, ਮਟਕੇ ਦੇ ਵਿੱਚ ਨਾ ਕੋਈ ਚੀਜ਼ ਨਹੀਂ ਹੈ, ਮੇਰੀ ਸਲਾਇਰ 'ਚ ਤੂੜੀ ਲਿਆ ਕੇ ਰੱਖਾਂ, ਇੱਕ ਚਾਕ ਲੈ ਕੇ ਆਵਾਂ, ਚਾਕ ਲਿਆ ਕੇ ਇਹ 'ਚ ਰੱਖਾਂ, ਉਹ ਬਹੁਤ ਜ਼ਰੂਰੀ ਹੁੰਦਾ, ਅਤੇ ਇਹਦੇ ਲਈ ਜਾ ਕੇ ਜਿਹੜਾ ਸਮਾਨ ਇਹਨਾਂ ਦੇ ਖਾਣ ਪੀਣ ਦਾ ਉਹ ਲੈ ਕੇ ਆਵਾਂ। ਮੀਆਂ ਮਿੱਟੂ, ਇਹ ਬੋਲਦਾ ਸਿਰਫ ਇੰਨਾ ਕੁ ਬੋਲਦਾ, ਮੀਆਂ ਮਿੱਠੂ ਕਰਦਾ। ਸੁਬਹਾ ਲੱਗਾ ਸੀਗਾ ਕਰਨ ਦਿਆ ਸੀ ਮੀਆਂ ਮਿੱਠੂ, ਅਤੇ ਮੋਬਾਈਲ ਮੇਰਾ ਚਾਰਾ ਹੀ ਲੱਗਾ ਸੀਗਾ, ਅਤੇ ਮੈਂ ਸੁੱਤਾ ਸੀਗਾ ਬਿਸਤਰੇ 'ਤੇ ਪਿਆ ਸੀ। ਇਹਨਾਂ ਨੂੰ ਮੈਂ ਰਾਤੀ ਬੈਠਕ 'ਚ ਹੀ ਰੱਖਿਆ ਵਾ, ਮੈਂ ਕਿਹਾ ਇਹ ਬੈਠਕ 'ਚ ਹੀ ਰੱਖਦਾ ਵਾਂ, ਫਿਲਹਾਲ ਪਹਿਲਾ ਦਿਨ ਸੀਗਾ, ਉਹਨਾਂ ਦਾ ਵੀ ਦਿਲ ਨਹੀਂ ਸੀ ਲੱਗਣ ਦਿਆ। ਬਾਕੀ ਹੁਣ ਆਹ ਜਗ੍ਹਾ ਮੈਂ ਇੱਥੋਂ ਕਲੀਅਰ ਕੀਤੀ ਆ, ਇੱਥੇ ਲਿਆ ਕੇ ਇਹਨਾਂ ਨੂੰ ਹੁਣ ਬਾਹਰ ਰੱਖਦੇ ਹਾਂ। ਬਾਜ਼ਾਰ ਜਾਣ ਤੋਂ ਯਾਦ ਆਇਆ ਕਿ ਜੁਮੇ ਦਾ ਟਾਈਮ ਹੋਇਆ ਵਾ ਅਤੇ ਬਾਜ਼ਾਰ 'ਤੇ ਹਲੇ ਬੰਦ ਹੋਣਾ ਵਾ, ਜੁਮੇ ਤੋਂ ਬਾਅਦ ਚੱਲਾਂਗੇ ਬਾਜ਼ਾਰ। ਫਿਲਹਾਲ ਇਹਨਾਂ ਨੂੰ ਚੁੱਕ ਕੇ ਮੈਂ ਬਾਹਰ ਖੜਦਾ ਵਾਂ, ਸਾਫ਼ ਸਫਾਈ ਕਰਦਾ ਵਾਂ, ਅਤੇ ਇਹਨਾਂ ਦਾ ਜਿਹੜਾ ਕੋਈ ਦਾਣਾ ਪਾਣੀ ਨਾ ਹੋ ਇਹਨਾਂ ਨੂੰ ਦਵਾਂ, ਆ ਪਾਣੀ ਵਾਲੇ ਇਹਨਾਂ ਦੇ ਆ ਸਾਫ਼ ਕਰਾਂ, ਅਤੇ ਉਹਦੇ ਵੀ ਅੰਦਰੋਂ ਪੇਪਰ ਸ਼ੇਪਰ ਨਾਲ ਬਾਹਰ ਕੱਢਦੇ ਹਾਂ ਸਾਰੇ। ਸੋਲੋ ਵਲੋਗਿੰਗ ਬੜਾ ਔਖਾ ਕੰਮ ਆ, ਤੁਹਾਨੂੰ ਪਤਾ ਵਾ, ਹੁਣ ਇਕੱਲਾ ਬੰਦਾ ਵਲੋਗ ਬਣਾਵੇ, ਇਹਨਾਂ ਦੀ ਸਾਫ਼ ਸਫਾਈ ਦਾ ਕੰਮ ਕਰੇ ਜਾਂ ਕੀ ਕਰੇ। ਹੁਣ ਇਹਨਾਂ ਨੂੰ ਮੈਂ ਚੁੱਕ ਕੇ ਬਾਹਰ ਲਿਆਉਂਦਾ, ਇੱਥੇ ਰੱਖਦਾ ਵਾਂ, ਮੇਰਾ ਦਿਲ ਲੱਗ ਇਹਨਾਂ ਨੂੰ ਇੱਕ ਦਫ਼ਾ ਬਾਹਰ ਲਿਆ ਕੇ ਰੱਖਾਂ, ਰੱਖ ਕੇ ਨਾ, ਅਤੇ ਇਹਨਾਂ ਦੇ ਫਿਰ ਪਿੰਜਰੇ ਖੋਲ੍ਹ ਕੇ ਇਹਨਾਂ ਨੂੰ ਸਹੀ ਤਰ੍ਹਾਂ ਸਾਫ਼ ਸਫਾਈ ਇਹਨਾਂ ਦੀ ਕਰਾਂ, ਉਹ ਵੀ ਬਹੁਤ ਜ਼ਰੂਰੀ ਆ। ਆਹ ਚੋਰ ਹੀ ਤਾਂ ਖਿਲਾਰਾ ਹੀ ਬਹੁਤ ਪਾਉਂਦਾ ਵਾ, ਕੱਲ੍ਹ ਤੋਂ ਮੈਂ ਕੁਛ ਹਿਸਾਬ ਇੱਦਾਂ ਦਾ ਲਾਉਣਾ ਵਾ ਕਿ ਇਹਨਾਂ ਨੂੰ ਉੱਥੇ ਬਾਹਰ ਰੱਖ ਕੇ ਨਾ, ਅਤੇ ਕੋਸ਼ਿਸ਼ ਕਰਾਂਗਾ ਕਿ ਬਿੱਲੀ ਤੋਂ ਬਚਾਉਣ ਵਾਸਤੇ ਨਾ ਮੰਜਾ ਆਪਣਾ ਵੀ ਬਾਹਰ ਹੀ ਗਾੜ ਲਵਾਂ, ਅਤੇ ਇੱਥੇ ਬਾਹਰ ਗਰਾਜ 'ਚ ਹੀ ਮੰਜਾ ਆਪਣਾ ਡਾਹ ਕੇ ਅਤੇ ਇੱਥੇ ਸੋਇਆ ਕਰਾਂ, ਇੱਥੇ ਮੇਰੇ ਹਿਸਾਬ ਨਾਲ ਠੀਕ ਰਹਿਣਗੇ। ਹਾਲੇ ਫਿਲਹਾਲ ਕੁਛ ਦਿਨ ਇਹਨਾਂ ਨੂੰ ਰੱਖਦੇ ਹਾਂ ਇੱਦਾਂ ਹੀ, ਉਸ ਤੋਂ ਬਾਅਦ ਆਹ ਜਿਹੜਾ ਏਰੀਆ ਨਾ, ਆਹ ਸੀੜੀਆਂ ਦੇ ਥੱਲੇ ਆਹ ਸਾਰਾ ਖਾਲੀ ਕਰਕੇ ਨਾ, ਅਤੇ ਆਹ ਜਿਹੜੀਆਂ ਚਿੜੀਆਂ ਨੇ ਨਾ, ਇਹਨਾਂ ਚਿੜੀਆਂ ਦਾ ਘਰ ਬਣਾਵਾਂਗੇ ਇੱਥੇ, ਨਾਲੇ ਚਿੜੀਆਂ ਥੋੜ੍ਹੀਆਂ ਜਿਹੀਆਂ ਹੋਰ ਲੈ ਕੇ ਆਵਾਂਗੇ। ਮਨੀਰ ਨੂੰ ਨਹੀਂ ਪਤਾ, ਕੱਲ੍ਹ ਰਾਤ ਦੇ ਲੈ ਕੇ ਆਏ, ਕੱਲ੍ਹ ਮੈਂ ਤੈਨੂੰ ਇਹਨਾਂ ਲਈ ਫੋਨ ਕਰਨ ਡਿਆ ਸੀ, ਆਇਆ ਤੂੰ ਚੁੱਕਿਆ ਹੀ ਨਹੀਂ, ਤੂੰ ਮੁੜ ਕੇ ਕਿਹਾ ਜੀ ਮੈਂ ਚੱਲਾਂ ਵਾਂ ਆਉਂਦਾ ਵਾਂ। ਮਨੀਰ ਨੂੰ ਮੈਂ ਰਾਤੀ ਸੱਦ ਰਿਹਾ ਸੀਗਾ ਕਿ ਆ ਜਾ ਵੀਡੀਓ ਬਣਾਉਣੀ ਆ, ਸਰਪ੍ਰਾਈਜ਼ ਵੀਡੀਓ ਸੀ, ਮਨੀਰ ਆਇਆ ਨਹੀਂ, ਉਹ ਅਬਦੁੱਲਾ ਨੂੰ ਫਿਰ ਫੋਨ ਕਰਕੇ ਸੱਦਿਆ। ਪਿੰਜਰਿਆਂ ਦੀ ਕਰਤੀ ਹੈ ਚੰਗੀ ਤਰ੍ਹਾਂ ਸਫਾਈ, ਆਪਣਾ ਰਿਜ਼ਲਟ ਐਡਾ ਸਹੀ ਨਹੀਂ ਸੀ ਬਣਨ ਦਿਆ, ਤਦ ਕਰਕੇ ਵੀਡੀਓ ਨਹੀਂ ਬਣਾਈ ਗਈ, ਮੈਂ ਤੁਹਾਨੂੰ ਦਿਖਾ ਦਿੰਦਾ ਵਾਂ। ਇਹਨਾਂ ਦੀ ਆ ਸਾਫ਼ ਸਫਾਈ ਕਰਕੇ ਨਾ, ਥੱਲੇ ਡਿਸ਼ ਵੀ ਸਾਫ਼ ਕਰਤੀ ਆ, ਆਹ ਪਲੇਟ ਜੇ ਨਹੀਂ ਵਿੱਚੋਂ ਨਿਕਲਣ ਦੀ, ਕਿਉਂਕਿ ਆਹ ਜਗ੍ਹਾ ਤੋਂ ਨਾ ਕੁੰਡੀ ਫਸੀ ਆ, ਖੁੱਲ੍ਹਣ ਨਹੀਂ ਦੇਈ।
ਇਹ ਹੁਣ ਜੁਮੇ ਤੋਂ ਬਾਅਦ ਨਾ ਪਲਾਸ ਲੈ ਕੇ ਆਵਾਂਗਾ ਔਰ ਨਾ ਖੋਲਾਂਗੇ ਫਿਰ ਇਹਨੂੰ ਕਰਾਂਗੇ, ਨਾਲੇ ਜੁਮੇ ਤੋਂ ਬਾਅਦ ਜਾਣਾ ਵਾ ਉਹਦੇ ਵਿੱਚ ਪਾਉਣ ਵਾਸਤੇ ਨਾ ਤੂੜੀ ਲੈ ਕੇ ਆਉਣੀ ਆ, ਬਲਕਿ ਆਹ ਕੰਮ ਇਹਦਾ ਮੁਕੰਮਲ ਹੋ ਜਾਏਗਾ ਅੱਜ ਤੂੜੀ ਲਾ ਕੇ। ਉਹ ਤੋਂ ਬਾਅਦ ਤੋਤੇ ਦਾ ਵਾ, ਤੋਤੇ ਦਾ ਇਹਦੇ ਵਿੱਚ ਪਹਿਲੇ ਪਾਉਂਦੇ ਸੀਗੇ ਖਾਣ ਨੂੰ ਛਾਵਾਂ, ਇਹ ਮੈਂ ਕੱਢਤਾ, ਇਹਨੂੰ ਕੱਢ ਕੇ ਇਹਦੇ ਵਿੱਚ ਮੈਂ ਪਾਇਆ ਪਾਣੀ, ਉਹਦੇ ਵਿੱਚ ਮੈਂ ਇੱਕ ਨਵੀਂ ਰੱਖੀ ਆ ਪਿਆਲੀ, ਐਂ ਅੱਛੇ ਵਾਲੀ ਸੋਹਣੀ ਪਿਆਲੀ ਆ, ਉਹਦੇ ਵਿੱਚ ਉਹਨੂੰ ਹੁਣ ਦਿਆ ਕਰਾਂਗੇ ਆਪਾਂ ਖਾਣ ਪੀਣ ਨੂੰ। ਆਹ ਤੋਤਾ ਹਜੇ ਡਰਦਾ ਵਾ, ਬਾਕੀ ਇਹਦੇ ਲਈ ਹਲੇ ਸਮਾਨ ਇਹ ਲੈ ਕੇ ਆਉਣਾ ਕਿ ਇਹਦੇ ਆ ਵਿੱਚ ਨਾ ਜਿਹੜੇ ਆ ਰੋੜੇ ਰੋੜੇ ਪਏ ਆ, ਰੋੜੇ ਕੱਢ ਕੇ ਨਾ ਸਾਰੇ, ਪਿੱਛੇ ਪੱਥਰ ਪਿਆ ਜਿਹੜਾ ਨੀਹਾਂ 'ਚ ਪਾਇਆ ਸੀ ਉਹ ਪੱਥਰ ਲਿਆ ਕੇ ਇੱਥੇ ਰੱਖਾਂਗੇ, ਨਾਲ ਇਹਨਾਂ ਕੋਲ ਗੱਤਾ ਮੋਟਾ ਲਿਆਉਣਾ, ਗੱਤਾ ਮੋਟਾ ਲਿਆ ਕੇ ਅਤੇ ਥੱਲੇ ਲਾਉਣਾ ਤਾਂ ਕਿ ਤੁਰਿਆ ਫਿਰਿਆ ਸਹੀ ਤਰ੍ਹਾਂ ਕਰੇ। ਉਹ ਜਿਹੜਾ ਪੇਪਰ ਲਾਏ ਸੀ ਨਾ, ਉਹ ਪੇਪਰ ਸਾਰੇ ਨੇ ਪਾੜਤੇ ਮੂੰਹ ਦੇ ਨਾਲ। ਮੀਆਂ ਮਿੱਟੂ ਮੀਆਂ ਮਿੱਟੂ, ਚੋਰੀ ਖਾਣੀ? ਚੋਰੀ ਨਾ ਮੰਗ ਲਈ ਮੇਰੇ ਕੋਲ, ਹਲੇ ਤਾਂ ਬਿਲਕੁਲ ਨਾ ਮੰਗੀ। ਹੈਂ ਮੀਆਂ ਮਿੱਟੂ ਮੀਆਂ ਮਿੱਟੂ ਮੀਆਂ ਮਿੱਟੂ, ਇਹ ਬੋਲਦਾ ਵਾ ਬਸ ਇੰਨਾ ਕੀ ਬੋਲਦਾ, ਮੀਆਂ ਮਿੱਟੂ ਮੀਆਂ ਮਿੱਟੂ, ਸੁਬਹਾ ਸੁਬਹਾ ਬੋਲਣ ਦਿਆ ਸੀਗਾ, ਹੁਣ ਪਤਾ ਨਹੀਂ ਮੈਂ ਕੈਮਰਾ ਖੋਲ੍ਹ ਕੇ ਬੈਠਾ ਤਦ ਕਰਕੇ ਮੇਰੀ ਗੱਲ ਨਹੀਂ ਸੁਣ ਰਿਹਾ। ਮੀਆਂ ਮਿੱਟੂ ਅਭੀ ਸ਼ਰਮਾ ਰਹੇ ਹੋ? ਨੈ ਘਰ ਮੈਂ ਆਇਓ, ਸ਼ਰਮਾ ਸ਼ਰਮਾ ਹੋ ਰਹੀਆਂ ਨੇ, ਸ਼ਰਮਾ ਸ਼ਰਮਾ ਹੈ ਮਿੱਟੂ, ਨਵੇਂ ਘਰ 'ਚ ਆਇਆ ਜੇ ਸ਼ਰਮਾਈ ਜਾਣ ਦਿਆ। ਚਲੋ ਇੱਕ ਦੋ ਦਿਨ ਆ ਇਹਨੂੰ ਆਦਤ ਪਾਵਾਂਗੇ ਆਪਣੀ, ਉਸ ਤੋਂ ਬਾਅਦ ਆਪਣਾ ਇਹਨੂੰ ਬੋਲਣਾ ਕਿੱਦਾਂ ਸਿਖਾਉਣਾ ਵਾ ਇਹ ਤਾਂ ਤੁਸੀਂ ਮੈਨੂੰ ਦੱਸਣਾ। ਇਹਨਾਂ ਦਾ ਤੁਸੀਂ ਹਿਸਾਬ ਲਾ ਲਓ, ਸਿਰਫ ਇੱਕ ਰਾਤ ਇਹਨਾਂ ਨੂੰ ਮੈਂ ਬੈਠ ਕੇ ਜਿੱਥੇ ਆਪਣੇ ਕੋਲ ਰੱਖਿਆ, ਅਤੇ ਆਹ ਦੇਖੋ ਟੇਬਲ ਦਾ ਕੀ ਹਾਲ ਕੀਤਾ ਇਹਨਾਂ ਨੇ, ਸਗੋਂ ਮੈਂ ਥੱਲੇ ਆਹ ਪਾਇਆ ਸੀਗਾ ਤੋਤੇ ਦੇ, ਮੈਂ ਕਿਹਾ ਚੱਲ ਤੁਰਨ ਫਿਰਨ 'ਚ ਉਹਨੂੰ ਆਸਾਨੀ ਰਹੇਗੀ। ਉਹਨੇ ਚੋਰੀ ਨੇ ਕੀ ਕੀਤਾ, ਉਹਨੇ ਟੁੱਕ ਟੁੱਕ ਕੇ ਸਾਰੇ ਥੱਲੇ ਸੁੱਟਤੇ ਅਤੇ ਮੁੜ ਕੇ ਉੱਤੋਂ ਪਾਣੀ ਸਾਰਾ ਰੋੜ ਛੱਡਿਆ। ਟੇਬਲ ਚੁੱਕ ਕੇ ਹੁਣ ਮੈਂ ਬਾਹਰ ਲੈ ਆਇਆ, ਮੈਂ ਕਿਹਾ ਇਹਨੂੰ ਵੀ ਸਾਫ਼ ਕਰ ਲਵਾਂ ਇਹ ਤੋਂ ਪਹਿਲਾਂ ਕਿ ਘਰ ਦੇ ਗਾਲਾਂ ਕੱਢਣ। ਉਹਨਾਂ ਨੇ ਕਹਿਣਾ ਤੂੰ ਨਵਾਂ ਹੀ ਕੰਮ ਸ਼ੁਰੂ ਕਰ ਲਿਆ, ਇਹਨੂੰ ਹੁਣ ਮਾਰਦਾ ਪਾਣੀ ਛਾਣੀ ਸਾਫ਼ ਕਰਦਾ ਵਾਂ, ਰਾਤ ਨੂੰ ਫਿਰ ਚੁੱਕ ਕੇ ਅੰਦਰ ਲੈ ਜਾਵਾਂਗੇ, ਦਿਨੇ ਇੱਥੇ ਰੱਖ ਦਿਆ ਕਰਾਂਗੇ, ਰਾਤ ਨੂੰ ਚੁੱਕ ਕੇ ਅੰਦਰ ਲੈ ਜਾਇਆ ਕਰਾਂਗੇ। ਤੋਤੇ ਦੇ ਕੰਮ ਚੈੱਕ ਕਰੋ, ਉਹਨੇ ਮਿਰਚ ਖਾਧੀ ਥੋੜ੍ਹੀ ਜਿਹੀ ਅਤੇ ਬਾਕੀ ਅਲਟਾ ਅਲਟੂ ਦਿੱਤੀ ਹਰ ਸ਼ਾਇ। ਕੱਲ੍ਹ ਰਾਤ ਦਾ ਮੈਂ ਲੈ ਕੇ ਆਇਆ ਇਹਨਾਂ ਨੂੰ, ਅਤੇ ਉਹਦਾ ਚੌਥਾ ਨਾ ਪੀਲਾ, ਉਹ ਜਿਹੜਾ ਉਹ ਹਾਂਡੀ ਜੀ 'ਚੋਂ ਬਾਹਰ ਆਇਆ, ਇਹ ਅੱਜ ਹੁਣ ਸਹੀ ਤਰ੍ਹਾਂ ਇੱਥੇ ਬਾਹਰ ਆ ਕੇ ਬੈਠਾ, ਨਹੀਂ ਤਾਂ ਅੰਦਰ ਹੀ ਰਹਿੰਦਾ। ਸੁਬਹਾ ਮੈਂ ਸਾਰੇ ਅਸੀਂ ਸੁੱਤੇ ਸੀਗੇ, ਜਦੋਂ ਮਾਨੀ ਬਈ ਆਏ ਸੀਗੇ ਅਸੀਂ ਸੁੱਤੇ ਸੀਗੇ, ਅਤੇ ਉਦੋਂ ਇਹ ਬਾਹਰ ਨਿਕਲ ਕੇ ਫਿਰਨ ਦਿਆ ਸੀਗਾ। ਮੋਬਾਈਲ ਮੇਰਾ ਥੋੜ੍ਹਾ ਦੂਰ ਸੀ, ਮੈਂ ਵੀਡੀਓ ਬਣਾਉਣ ਦੀ ਸਲਾਹ ਬਣਾਈ ਆ, ਅਤੇ ਸਾਲਾ ਫਿਰ ਅੰਦਰ ਜਾ ਕੇ ਵੜ ਕੇ ਬਹਿ ਗਿਆ, ਉਸ ਤੋਂ ਬਾਅਦ ਆ ਹੁਣ ਬਾਹਰ ਨਿਕਲਿਆ। ਇਹ ਮੈਨੂੰ ਲੱਗਦਾ ਡਰੇ ਆ ਜੇ ਸਹਿਮੇ ਸਹਿਮੇ ਆ, ਕਿਉਂਕਿ ਨਵੀਂ ਜਗ੍ਹਾ 'ਤੇ ਆਏ ਨੇ। ਆਹ ਵੀ ਹਜੇ ਡਰਿਆ ਡਰਿਆ ਟੀਰੀ ਆਖਣਾ ਮੈਨੂੰ ਦੇਖਦਾ, ਸੈਡ ਨੂੰ ਮੂੰਹ ਕਰਕੇ ਨਾ ਟੀਰੀ ਆਖਣਾ ਦੇਖਦਾ, ਇਹਨੇ ਜਦੋਂ ਮੇਰੇ ਵੱਲ ਦੇਖਣਾ ਹੁੰਦਾ ਨਾ ਐਂ ਕਰਦਾ ਵਾ ਅੱਖ, ਅਤੇ ਐਂ ਕਰਕੇ ਵੇਖਦਾ ਟੀਰੀਆਂ ਅੱਖਣਾ ਮੇਰੇ ਵੱਲ। ਬੁਰੀ ਹਾਲਤ ਆਪਣੀ ਇਸ ਕਰਕੇ ਆ, ਉਹ ਤੁਹਾਨੂੰ ਬਾਅਦ 'ਚ ਦਿਖਾਉਂਦੇ ਆ। ਦੇਖੋ ਜੀ ਲਵ ਵਰਡਸ, ਐਵੇਂ ਨਹੀਂ ਇਹਨਾਂ ਨੂੰ ਕਹਿੰਦੇ ਲਵ ਵਰਡਸ, ਹੈਂ ਚੈੱਕ ਕਰ ਰਹੇ ਹੋ? ਓਏ ਸ਼ਰਮ ਕਰੋ, ਇਹ ਮੈਂ ਦੇਖਣ ਦਿਆਂ, ਸ਼ਰਮ ਕਰੋ ਸ਼ਰਮ ਕਰੋ ਥੋੜ੍ਹੀ ਜਿਹੀ, ਮੈਂ ਦੇਖਣ ਦਿਆਂ ਤੁਹਾਨੂੰ। ਓਏ ਇੱਧਰ ਵੀ ਦੇਖ ਲਓ, ਕੈਮਰੇ ਕੀ ਆਂਖ ਦੇਖ ਰਹੀ ਹੈ। ਹੈਲੋ, ਉਹ ਇੱਧਰ ਦੇਖੋ, ਏ ਉਹ ਸ਼ਰਮ ਕਰੋ, ਇਹ ਮੈਂ ਦੇਖ ਦਿਆਂ ਤੁਹਾਨੂੰ, ਹੈ ਕੋ ਗੱਲ ਕਰਨ ਵਾਲੀ, ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ, ਗੁਆਂਢੀ ਗੁਆਂਢੀ ਵੀ ਦੇਖ ਰਿਹਾ ਹੁੰਦਾ। ਹੈਲੋ, ਓਏ ਓਏ ਕੱਢਦੇ ਉਹਦੀਆਂ ਜੂਆਂ ਵੀ ਸਾਰੀਆਂ ਹੁਣ। ਹਾਲਤ ਆਪਣੀ ਦੱਸਣ ਦਿਆ ਸੀਗਾ ਕਿ ਇਸ ਕਰਕੇ ਇੱਦਾਂ ਦੀ ਹੋਈ ਆ, ਸੁਬਹਾ ਦਾ ਅੱਜ ਵੀ ਮੂੰਹ ਨਹੀਂ ਧੋਤਾ, ਕਿਉਂਕਿ ਸੁਬਹਾ ਦੀ ਬੱਤੀ ਬੰਦ ਹੋਈ, ਬੱਤੀ ਆਉਣ ਨਹੀਂ ਦਈ ਹੈ, ਬੱਤੀ ਦਾ ਇੰਤਜ਼ਾਰ ਕਰ ਰਹੇ ਹਾਂ, ਬੱਤੀ ਆਉਂਦੀ ਆ ਅਤੇ ਫਿਰ ਨਹਾ ਧੋ ਕੇ ਜੁਮਾ ਪੜ੍ਹਨ ਚੱਲੀਏ। 12:30 ਹੋ ਗਏ ਆ, 1:15 ਹਜੇ ਸਾਹਿਬ ਹੁਣ ਵਾਲੀ ਮਸਜਿਦ 'ਤੇ,
ਇੱਕ ਵੱਜ ਕੇ ਅਤੇ ਮਤਲਬ ਕਿ 1:30 ਵਜੇ ਜੁਮਾ ਆਉਣਾ ਇੱਥੇ ਆਪਣੀ ਕਲੋਨੀ ਵਾਲੀ ਮਸਜਿਦ 'ਚ, ਅਤੇ ਅੱਜ ਇੱਥੇ ਕਲੋਨੀ ਵਾਲੀ ਮਸਜਿਦ 'ਚ ਲੱਗਦਾ ਜੁਮਾ ਪੜ੍ਹਾਂਗੇ। ਬੱਤੀ ਤਾਂ ਹਲੇ ਤੱਕ ਆਈ ਕੋਈ ਨਹੀਂ, ਬੱਤੀ ਆਏਗੀ ਨਹਾਵਾਂਗੇ, ਕੱਪੜੇ ਵੀ ਇਸਤਰੀ ਕੋਈ ਨਹੀਂ ਆਏ ਹਲੇ ਤੱਕ। ਸੁਬਹਾ ਦੀ ਅਸੀਂ ਸਮਝਦੇ ਸੀ ਲਾਈਟ ਬੰਦ ਹੋਈ ਆ, ਬੰਦ ਨਹੀਂ ਖਰਾਬ ਹੋਈ ਸੀਗੀ, ਹੁਣ ਉਹ ਆਏ ਵਾਰਡ ਵਾਲੇ ਠੀਕ ਕਰਕੇ ਗਏ ਨੇ। ਮਸਲਾ ਇਹ ਹੈ ਕਿ ਹੁਣ ਲਾਈਟ ਤਾਂ ਠੀਕ ਹੋ ਗਈ ਹੈ, ਪਰ ਜੁਮਾ ਗਿਆ ਨਿਕਲ, ਖੁਤਬਾ ਸ਼ੁਰੂ ਹੋ ਗਿਆ ਅਤੇ ਹਜੇ ਨਹਾਉਣਾ ਵਾ, ਨਹਾ ਕੇ ਕੱਪੜੇ ਬਦਲਨੇ ਆ ਫਿਰ ਜਾਣਾ। ਆ ਹੁਣ ਵੋਲਟ ਪੂਰੇ ਹੋਏ ਸੁਬਹਾ ਦੇ, 20-40 ਵੋਲਟ ਆਉਣ ਦੇ ਸੀਗੇ। ਹਾਂ ਬਈ, ਕੀ ਹਾਲ ਹੈ, ਠੀਕ ਹੋ, ਦਿਲ ਲਾ ਰਹੇ ਹੋ, ਹੌਲੀ ਹੌਲੀ ਲਾਉਣਾ ਹੀ ਪੈਣਾ ਤੁਹਾਨੂੰ ਇੱਥੇ ਦਿਲ ਹੁਣ ਆਪਣਾ। ਥੋੜ੍ਹਾ ਜਿਹਾ ਟਾਈਮ ਬਚ ਗਿਆ ਵਾ, ਛੇਤੀ ਛੇਤੀ ਜੁਮਾ ਪੜ੍ਹਾ ਹੀ ਹੈ, ਜੁਮੇ ਦਾ ਟਾਈਮ ਹਲੇ ਹੈ ਵਾ, ਖੁਤਬਾ ਹੁਣ ਹੋਣ ਦਿਆ ਵਾ, ਮੈਂ ਨਹਾ ਲਿਆ ਛੇਤੀ ਛੇਤੀ, ਖੁਤਬੇ ਦਾ ਇੱਕ ਪਹਿਰਾ ਚੱਲ ਰਿਹਾ ਸੀਗਾ, ਨਹਾ ਲਿਆ, ਦੂਸਰਾ ਸ਼ੁਰੂ ਹੋ ਗਿਆ। ਨੱਸ ਕੇ ਜੁਮੇ ਦੀ ਨਮਾਜ਼ 'ਚ ਮਸਾਂ ਮਸਾਂ ਹੀ ਵੜਿਆ, ਕਹਿ ਲਓ ਕਿ ਕਾਰੀ ਨੇ ਇੰਨਾ ਹੀ ਕਿਹਾ ਸੀ ਕਿ ਸਫ਼ਾਂ ਸਿੱਧੀਆਂ ਕਰੋ, ਅਤੇ ਮੈਂ ਪਹੁੰਚ ਗਿਆ। ਤੋਤੇ ਵਾਸਤੇ ਮੈਂ ਮਟਰ ਲੈਣ ਜਾਣੇ ਸੀਗੇ ਬਾਜ਼ਾਰੋਂ, ਅਤੇ ਕੁਦਰਤੀ ਗੱਲ ਆ ਬੰਦਾ ਕਲੋਨੀ 'ਚ ਹੀ ਲੈ ਕੇ ਆ ਗਿਆ। ਇੱਕ ਮਟਰ ਇਹਨੂੰ ਮੈਂ ਜਾਣ ਲੱਗਿਆ ਪਾ ਕੇ ਦੇ ਗਿਆ ਸੀਗਾ, ਦੰਦ ਦੁੰਦ ਮਾਰ ਕੇ ਨੇ, ਆਹ ਦੇਖੋ ਖਲਾਰਾ ਕਿੱਦਾਂ ਪਾਇਆ ਥੱਲੇ, ਇਹਦੇ ਕੰਮ ਚੈੱਕ ਕਰੋ, ਇੱਧਰ ਇਹਨਾਂ ਦੇ ਕੰਮ ਚੈੱਕ ਕਰੋ, ਇਹਨਾਂ ਨੂੰ ਕੋਈ ਸ਼ਰਮਾਂ ਸ਼ਰਮਾਂ ਨਹੀਂ ਆ ਰਹੀਆਂ, ਲਵ ਬੜਾ ਜੋ ਫੁੱਲ ਲਵ ਦੇ ਮੂਡ 'ਚ ਨੇ, ਹੈ ਚੈੱਕ ਕਰੋ ਇਹਨਾਂ ਦੇ ਕੰਮ, ਦੋਵੇਂ ਬਾਹਰ ਆਏ ਹੁੰਦੇ, ਆਹ ਪ੍ਰੋਪਰ ਪੂਰਾ ਸਹੀ ਤਰ੍ਹਾਂ ਬਾਹਰ ਨਹੀਂ ਆਉਂਦਾ, ਫਿਰ ਡਰ ਕੇ ਅੰਦਰ ਚਲਾ ਗਿਆ, ਹਜੇ ਡਰਦਾ ਵਾ। ਇਹਨੂੰ ਹੁਣ ਮੈਂ ਪਾ ਦਿੰਦਾ ਵਾਂ ਮਟਰ, ਇਹਨੂੰ ਮੈਂ ਅੱਗੇ ਮਟਰ 'ਤੇ ਪਾ ਕੇ ਗਿਆ, ਮਿਰਚਾਂ 'ਤੇ ਇਹਨਾਂ ਦਾ ਹਾਲ ਦੇਖੋ, ਇਹਨੇ ਕੀ ਕੀਤਾ, ਖਲਾਰਾ ਸਾਰੇ ਦੰਦ ਮਾਰ ਮਾਰ ਕੇ, ਦੰਦ ਕੀ ਮੂੰਹ ਮਾਰ ਮਾਰ ਕੇ, ਇਹਨਾਂ ਚੁੰਝ ਮਾਰ ਮਾਰ ਕੇ ਸਾਰਾ ਭੰਨ ਭਨਾ ਕਰਕੇ ਅਤੇ ਬਾਹਰ ਸੁੱਟ ਛੱਡਿਆ। ਇਹ ਨਾ ਹਲੇ ਡਰਦਾ, ਮੈਂ ਜਿੱਦਾਂ ਹੀ ਆ ਖੋਲ੍ਹਣ ਦੀ ਕੋਸ਼ਿਸ਼ ਕੀਤੀ ਨਾ, ਹੱਥ ਅੰਦਰ ਕਰਨਾ ਵੀ ਨਹੀਂ, ਗਾ ਦੇਖੋ ਨਾ ਹੱਸ ਕੇ ਕਿੱਥੇ ਚਲਾ ਗਿਆ। ਮੀਆਂ ਮਿੱਟੂ, 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 ਅਲਾ ਮਟਰ ਖਾਣੇ, ਮਟਰ ਮਟਰ ਖਾਣੇ, ਨਹੀਂ ਡਰਦਾ ਜੇ, ਚਲੋ ਇਹ 'ਚ ਹੀ ਪਾ ਦਿੰਦੇ। ਅੱਛਾ ਵੀ ਦੋਸਤੋ, ਮੈਂ ਗਿਆ ਸੀਗਾ ਬਾਜ਼ਾਰ ਰੋਟੀਆਂ ਲੈਣ, ਅਤੇ ਆਉਂਦਾ ਮੈਨੂੰ ਯਾਦ ਆਇਆ ਮੈਂ ਉੱਥੋਂ ਬਾਜਰਾ ਵੀ ਨਾਲ ਹੀ ਲੈ ਆਇਆ ਵਾਂ, ਅਮਰੂਦ ਲੱਭੇ ਨੇ ਕਿ ਇੱਥੇ ਕਲੋਨੀ 'ਚ ਕੋਈ ਆਏਗਾ ਅਤੇ ਉਹਦੇ ਕੋਲ ਅਮਰੂਦ ਲੈ ਲਵਾਂਗਾ, ਕਿਉਂਕਿ ਤੋਤੇ ਨੇ ਅਮਰੂਦ ਖਾਣਾ, ਅਗਰ ਅਮਰੂਦ ਅੱਜ ਨਾ ਲੱਭਾ ਅਤੇ ਅੱਜ ਰਾਤ ਨੂੰ ਖਵਾਵਾਂਗੇ ਖਰਬੂਜ਼ਾ, ਅਤੇ ਲਿਹਾਜ਼ਾ ਅੱਜ ਦੀ ਵੀਡੀਓ ਮੈਂ ਕਰ ਰਿਹਾ ਇੱਥੇ ਹੀ ਖਤਮ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।